ਕਿਸਾਨ ਜਥੇਬੰਦੀਆਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲ ਰੋਕੋ ਅੰਦੋਲਨ ਮੁਲਤਵੀ ਕਰ ਦਿੱਤਾ ਹੈ। ਕਿਸਾਨਾਂ ਦੇ ਇਸ ਫੈਸਲੇ ਬਾਅਦ ਰੇਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ, ਪਰ ਹੁਣ ਕਿਸਾਨਾਂ ਨੇ ਬੀਜੇਪੀ ਨੇਤਾਵਾਂ ਦੀ ਮੁਸ਼ਕਲ ਵਧਾ ਦਿੱਤੀ ਹੈ। ਕਿਸਾਨ ਲੀਡਰ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਹੁਣ ਉਹ ਆਪਣੇ ਧਰਨੇ ਬੀਜੇਪੀ ਨੇਤਾਵਾਂ ਦੇ ਘਰਾਂ ਅੱਗੇ ਲਾਉਣਗੇ। ਜਿਹੜਾ ਰੇਲ ਰੋਕੋ ਅੰਦੋਲਨ ਅਸੀਂ ਕਰ ਰਹੇ ਸੀ, ਉਹਦੀ ਦਾਬ ਇੰਨੀ ਸਰਕਾਰ ਹੁਣ ਮੰਨ ਨਹੀਂ ਸੀ ਰਹੀ। ਪਿਛਲੇ 10-12 ਦਿਨਾਂ ਤੋਂ ਆਪਾਂ ਦੇਖ ਹੀ ਰਹੇ ਸੀਗੇ। ਫਿਰ ਸਵਾਲ ਉੱਠਦਾ ਸੀ ਕੋਈ ਨਵਾਂ ਪ੍ਰੋਗਰਾਮ ਦਈਏ ਜਿਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ, ਪ੍ਰੈਸ਼ਰ ਵਧੇ। ਉਸ ਕਰਕੇ ਦੋਵਾਂ ਫੋਰਮਾਂ ਨੇ ਐਲਾਨ ਕਰ ਦਿੱਤਾ ਵਾ ਵੀ ਆਉਣ ਵਾਲੇ ਸਮੇਂ ਵਿੱਚ ਉਹਦੀ ਡੇਟ ਅਤੇ ਟਾਈਮ ਕਿੰਨਾ ਹੋਊਗਾ। ਇਹ 22 ਵਾਲੀ ਰੈਲੀ 'ਚ ਐਲਾਨ ਹੋਣਾ ਵਾ, ਉਹਦੇ 'ਚ ਵੀ ਆਉਣ ਵਾਲੇ ਸਮੇਂ 'ਚ ਅਸੀਂ ਭਾਜਪਾ ਦੇ ਘਰਾਂ ਗਾੜੀ ਮੋਰਚਾ ਲਾਉਣਾ ਵਾ। ਮੋਰਚਾ ਕਿੰਨੇ ਸਮੇਂ ਦਾ ਹੋਊ, ਕਿਹੜਾ ਦਿਨ ਹੋਊਗਾ, ਇਹ ਆਉਣ ਵਾਲੇ ਸਮੇਂ 'ਚ 22 ਦੀ ਜਿਹੜੀ ਮਹਾਂ ਰੈਲੀਆਂ ਹੀ ਆ ਸਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠ ਆ, ਉਹਦੇ ਵਿੱਚ ਆਪਾਂ ਐਲਾਨ ਕਰ ਦਾਂਗੇ। ਦੂਜਾ ਐਲਾਨ ਇਹ ਸੀਗਾ ਵੀ 2 ਜੂਨ ਨੂੰ ਪੂਰੇ ਪੰਜਾਬ ਹਰਿਆਣੇ ਦੇ ਵਿੱਚੋਂ ਟਰੈਕਟਰ ਟਰਾਲੀਆਂ ਰਾਹੀਂ ਵੱਡੇ ਕਾਫਲੇ ਜਿਵੇਂ 13 ਫਰਵਰੀ ਨੂੰ ਆਏ ਆ ਮੋਰਚੇ ਵੱਲ, ਉਵੇਂ ਆਉਣਗੇ ਉਹਦੀ ਲਾਮਬੰਦੀ ਹੋਰ ਵਧਾਉਣ ਵਾਸਤੇ, ਇਹ ਵੀ ਐਲਾਨ ਕਰ ਦਿੱਤਾ। ਤੀਜਾ ਐਲਾਨ ਵੀ ਪ੍ਰਧਾਨ ਮੰਤਰੀ ਜੀ ਇਕੱਲਾ ਪਟਿਆਲੇ ਨਹੀਂ, ਜਲੰਧਰ 'ਚ ਵੀ ਕਨਸੋਹਾਂ ਨੇ ਅਤੇ ਪਠਾਨਕੋਟ 'ਚ ਵੀ ਵੱਖ ਵੱਖ ਡੇਟਾਂ ਨੇ, ਮੀਡੀਆ ਰਾਹੀਂ ਪਤਾ ਲੱਗਦਾ, ਸਾਡੇ ਕੋਲ ਤਾਂ ਕੋਈ ਨਹੀਂ। ਫਿਰ ਉਹਨੂੰ ਜਿਹੜਾ ਵਾ ਆਪਾਂ ਸਵਾਲ ਜਵਾਬ ਕਰਨੇ ਆ ਤਾਂ ਅਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਰੈਲੀ ਹੋਊਗੀ ਉੱਧਰ ਨੂੰ ਵਧਾਂਗੇ ਅੱਗੇ। ਔਰ ਅਸੀਂ ਮੰਗ ਤਾਂ ਇਹ ਕਰਾਂਗੇ ਪ੍ਰਸ਼ਾਸਨ ਕੋਲ ਵੀ ਸਾਡੇ ਪ੍ਰਧਾਨ ਮੰਤਰੀ ਕੋਲ ਸਵਾਲ ਜਵਾਬ ਕਰਾ ਦਿੱਤੇ ਜਾਣ। ਜੇ ਸਵਾਲ ਜਵਾਬ ਕਰ ਲੈਣਗੇ ਤਾਂ ਵਿਰੋਧ ਵੀ ਨਹੀਂ ਕਰਾਂਗੇ, ਨਹੀਂ ਤਾਂ ਜਿੰਨੇ ਜੋਗੇ ਆ ਫਿਰ ਉਹਦੇ ਸਵਾਲ ਜਵਾਬ ਕਰਨ ਵਾਸਤੇ ਉੱਧਰ ਰੈਲੀ ਵਾਲੇ ਪਾਸੇ ਜਾਵਾਂਗੇ। ਇਸ ਕਰਕੇ ਇਹ 3 ਐਲਾਨ ਆ ਗਏ ਆ। 3 ਐਲਾਨ ਕਰਨ ਤੋਂ ਬਾਅਦ ਫਿਰ ਇੰਨੀਆਂ ਥਾਵਾਂ 'ਤੇ ਅਸੀਂ ਨਿਬੜ ਜਾਵਾਂਗੇ, ਇਹ ਵੀ ਦੇਖਣ ਵਾਲੀ ਗੱਲ ਸੀ। ਔਰ ਫਿਰ ਰੇਲ ਰੋਕੋ ਦਾ ਜਦੋਂ ਦਬਾਅ ਨਹੀਂ ਸਰਕਾਰ ਮੰਨ ਰਹੀ ਹੈਗੀ, ਫਿਰ ਉਹਦੇ 'ਚੋਂ ਸੀਗਾ ਵੀ ਇਹਨੂੰ 11 ਆਪਾਂ ਪੋਸਟਪੋਨ ਕਰ ਦਈਏ। ਇਹ ਨਹੀਂ ਵੀ ਅਖੀਰਲਾ ਹਥਿਆਰ ਹੈ ਵੀ ਬਾਅਦ 'ਚ ਰੇਲ 'ਤੇ ਆਉਣਾ ਹੀ ਨਹੀਂ, ਫਿਲਹਾਲ ਇਹਨੂੰ ਪੋਸਟਪੋਨ ਕਰਕੇ ਜਿਹੜਾ 100 ਦਿਨ ਪੂਰਾ ਹੋ ਰਿਹਾ, ਸਭ ਤੋਂ ਵੱਧ ਧਿਆਨ ਉੱਧਰ ਦਈਏ ਵੀ ਲੱਖਾਂ ਦੇ ਇਕੱਠ ਕਰਨੇ ਆ ਸਾਰੇ ਬਾਰਡਰਾਂ 'ਤੇ, ਇਹ ਸ਼ੰਭੂ 'ਤੇ, ਖਨੌਰੀ 'ਤੇ, ਡੱਬ ਵਾਲੀ, ਰਤਨਪੁਰਾ, ਰਾਜਸਥਾਨ ਦੇ ਵਿੱਚ, ਤਾਂ ਉਹਨਾਂ ਇਕੱਠਾਂ ਵੱਲ ਧਿਆਨ ਦੇ ਕੇ ਗਿਣਤੀ ਵਧਾ ਦਈਏ। ਇਹ ਔਰ ਇਹ ਤੋਂ ਕਹਾਂ ਜਿਹੜੇ ਅਗਲੇ ਐਲਾਨ ਆ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਧਣਾ ਵਾ, ਭਾਜਪਾ ਦੇ ਘਰਾਂ ਅੱਗੇ ਮੋਰਚੇ ਲਾਉਣੇ ਆ, ਜਾਂ 2 ਜੂਨ ਨੂੰ ਵੱਡੇ ਕਾਫਲੇ ਟਰੈਕਟਰ ਟਰਾਲੀਆਂ ਰਾਹੀਂ ਬਾਰਡਰਾਂ 'ਤੇ ਲੈ ਕੇ ਆਉਣੇ, ਸਾਡਾ ਕੰਮ ਹੁਣ ਵੱਧ ਗਿਆ। ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨਾਲ ਬੇਨਤੀ ਕਰਦੇ ਹਾਂ ਵੀ ਕਿਉਂ ਨਾ ਹੁਣ ਆਪਾਂ ਰੇਲ ਰੋਕੋ ਆਪਾਂ ਹੁਣ ਇੱਥੋਂ ਵਾਪਸ ਲੈ ਲਈਏ। ਠੀਕ ਹੈ ਭਾਈ।